ਦੇਸ਼ ਵਿਦੇਸ਼ ਵਿੱਚ ਫਤਿਹ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਹੈ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਮੁੜ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਆਪਣਾ ਪ੍ਰੋਗਰਾਮ ਲੈ ਕੇ ਪੰਥਕ ਸਰਗਰਮੀਆਂ। ਪੰਥਕ ਸਰਗਰਮੀਆਂ ਦੇ ਇਸ ਪ੍ਰੋਗਰਾਮ ਦਾ ਅਸੀਂ ਆਗਾਜ਼ ਕਰਾਂਗੇ ਪਵਿੱਤਰ ਅਤੇ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਜਿੱਥੇ ਕਿ ਪਿਛਲੇ ਦਿਨ ਹੀ ਈਰਾਨ ਦੀ ਪ੍ਰਮੁੱਖ ਯੂਨੀਵਰਸਿਟੀ ਅਲ ਮੁਤਸਫਾ ਦੇ ਉਪ ਕੁਲਪਤੀ ਡਾਕਟਰ ਅਲੀ ਅੰਬਾਸੀ ਦੀ ਅਗਵਾਈ ਹੇਠ ਇੱਕ ਡੈਲੀਗੇਸ਼ਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਿਆ, ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਹਨਾਂ ਦਾ ਜਿੱਥੇ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਨਾਲ ਹੀ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਤੇ ਈਰਾਨੀ ਵਫਦ ਦੇ ਮੈਂਬਰਾਂ ਨੇ ਬੜੀ ਨੀਝ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਖਾਸ ਕਰਕੇ ਸਾਰੀਆਂ ਹੀ ਇਤਿਹਾਸਕ ਯਾਦਗਾਰਾਂ ਨੂੰ ਵੀ ਦੇਖਿਆ। ਸੋ ਅਸੀਂ ਹੁਣ ਗੱਲ ਕਰਾਂਗੇ ਸਿੱਖ ਵਿਰਾਸਤ, ਸਿੱਖ ਇਤਿਹਾਸ ਨੂੰ ਸੰਭਾਲਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਣਾਇਆ ਗਿਆ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੀ, ਜਿੱਥੇ ਕਿ ਪਿਛਲੇ ਦਿਨ ਹੀ ਸਿੱਖ ਕੌਮ ਦੇ ਉਹਨਾਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਨ੍ਹਾਂ ਨੇ ਪੰਥ ਦੇ ਵਾਸਤੇ ਆਪਣੀ ਕੁਰਬਾਨੀ ਅਤੇ ਜ਼ਿੰਦਗੀ ਦੇ ਉਹ ਹਸੀਨ ਪਲ ਜਿਹੜੇ ਸੀ ਉਹ ਕੌਮ ਨੂੰ ਸਮਰਪਿਤ ਕੀਤੇ। ਸੋ ਇਸ ਮੌਕੇ 'ਤੇ ਘੱਟੋ ਘੱਟ 8 ਦੇ ਕਰੀਬ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਗਈਆਂ। ਇਸ ਮੌਕੇ 'ਤੇ ਗੱਲ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਹ ਉਹ ਸਿੱਖ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕੌਮ ਦੇ ਵਾਸਤੇ ਆਪਣਾ ਤਨ ਮਨ ਧੰਨਵਾਦ ਦਿੱਤਾ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕੀਤੇ। ਸੋ ਇਹ ਤਸਵੀਰਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਬਣਨਗੀਆਂ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚੇਚੇ ਯਤਨਾਂ ਸਦਕਾ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿੱਚ ਇਹਨਾਂ ਮਹਾਨ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਅੱਜ ਉਹਨਾਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਪੰਥ ਵਾਸਤੇ, ਕੌਮ ਵਾਸਤੇ, ਦੇਸ਼ ਵਾਸਤੇ ਬਹੁਤ ਵੱਡੇ ਮਾਰ ਕੇ ਮਾਰੇ ਹੈ, ਅੱਜ ਉਹਨਾਂ ਮਹਾਨ ਸ਼ਖਸੀਅਤਾਂ ਦੀ 8 ਮਹਾਨ ਸ਼ਖਸੀਅਤਾਂ ਜਿਨ੍ਹਾਂ ਦੀਆਂ ਫੋਟੋ ਸਿੱਖ ਕੇਂਦਰੀ ਅਜਾਇਬ ਘਰ ਵਿੱਚ ਸ਼ੋਭਿਤ ਹੋਣ ਜਾ ਰਹੀਆਂ ਨੇ। ਮੇਰੇ ਤੋਂ ਪਹਿਲਾਂ ਸਾਡੇ ਸਕੱਤਰ ਸਾਹਿਬਾਨ ਸਰਦਾਰ ਪ੍ਰਤਾਪ ਸਿੰਘ ਨੇ ਡਿਟੇਲ ਵਿੱਚ ਸਾਰੀਆਂ ਸ਼ਖਸੀਅਤਾਂ ਬਾਰੇ ਜਿਹੜਾ ਹੈ ਉਹ ਦੱਸ ਦਿੱਤਾ ਹੈ। ਕੋਈ ਸ਼ਖਸੀਅਤ ਜਿਹੜੀ ਉਹਨਾਂ ਨੇ ਕਾਰ ਸੇਵਾ ਦੇ ਖੇਤਰ ਵਿੱਚ, ਕੋਈ ਸ਼ਖਸੀਅਤ ਜਿਹੜੀ ਉਹਨਾਂ ਨੇ ਰਾਗੀ ਹੁੰਦਿਆਂ ਹੋਇਆ ਬਹੁਤ ਵੱਡਾ ਪ੍ਰਚਾਰ ਕੀਤਾ, ਔਰ ਇਸੇ ਤਰ੍ਹਾਂ ਸਾਡੇ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਜੋ ਕਥਾਵਾਚਕ ਮੰਜੀ ਸਾਹਿਬ ਰਹੇ ਨੇ, ਔਰ ਪਹਿਲਾਂ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ ਬਾਅਦ 25 ਸਾਲ ਲੰਮੀ ਸੇਵਾ ਜਿਹੜੀ ਹੈ ਉਹਨਾਂ ਨੇ ਕੀਤੀ ਹੈ, ਔਰ ਬਹੁਤ ਵੱਡਾ ਪ੍ਰਚਾਰ, ਬਹੁਤ ਵੱਡੇ ਇਤਿਹਾਸਕਾਰ ਸਨ। ਸਵਰਨ ਸਿੰਘ ਜੀ ਚੂਸਲੇਵਾਲ ਸਾਹਿਬ, ਪ੍ਰਿੰਸੀਪਲ ਸਾਹਿਬ, ਉਹਨਾਂ ਨੇ ਸਿੱਖ ਇਤਿਹਾਸ ਸਾਹਮਣੇ ਵਿੱਚ ਬਹੁਤ ਵੱਡੇ ਮਾਰ ਕੇ ਮਾਰੇ ਆ, ਛੋਟੇ ਨਹੀਂ ਮਾਰੇ, ਬਹੁਤ ਮਾਰ ਕੇ ਮਾਰੇ ਆ। ਸੋ ਜਫਰਵਾਲ ਸਾਹਿਬ ਔਰ ਇਸੇ ਤਰ੍ਹਾਂ ਹੋਰ ਮਹਾਂਪੁਰਸ਼ ਜਿਹੜੇ ਜਿਨ੍ਹਾਂ ਦੀਆਂ ਫੋਟੋ ਇੱਥੇ ਸੁਸ਼ੋਭਿਤ ਹੋ ਰਹੀਆਂ ਨੇ, 8 ਸ਼ਖਸੀਅਤਾਂ ਨੇ, ਮੈਂ ਸਮਝਦਾ ਜਿਨ੍ਹਾਂ ਦੇ ਵੱਡੇ, ਜਿਨ੍ਹਾਂ ਨੇ ਬਹੁਤ ਵੱਡਾ ਇਤਿਹਾਸ ਸਿਰਜਿਆ, ਜਿਨ੍ਹਾਂ ਨੇ ਬਹੁਤ ਵੱਡੇ ਮਾਰ ਕੇ ਹਰੇਕ ਖੇਤਰ ਵਿੱਚ ਮਾਰੇ ਆ, ਉਹਨਾਂ ਨੂੰ ਇੱਥੇ ਮਾਣ ਮਿਲਦਾ ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ,
ਜੇ ਕੋ ਕਰੇ ਚਿਤਲਾਏ ਮਰਚ ਦਿਆ ਫਲ ਪਾਵਣਾ ਹਉਮੈ ਵਿੱਚੋ ਜਾਏ ਔਰ ਵਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸੋ ਇਹਨਾਂ ਮਹਾਨ ਸ਼ਖਸੀਅਤਾਂ ਦਾ ਅੱਜ ਇੱਥੇ ਜਿਹੜਾ ਉਹ ਸਿੰਘ ਸਾਹਿਬਾਨ ਸਾਡੀਆਂ ਮਹਾਨ ਸ਼ਖਸੀਅਤਾਂ ਔਰ ਇਹ ਸਾਰੇ ਰਲ ਮਿਲ ਕੇ ਸਾਰੇ ਜਿਹੜੇ ਆ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਪਿਛਲੇ ਦਿਨੀ ਸ਼ੁਰੂ ਕੀਤੀ ਗਈ ਸੀ, ਉਸ ਨੂੰ ਮਾਝੇ ਦੇ ਇਲਾਕੇ ਦੇ ਵਿੱਚ ਭਰਵਾਂ ਸਵਾਗਤ ਜਿੱਥੇ ਹੋ ਰਿਹਾ ਹੈ ਉੱਥੇ ਨਾਲ ਹੀ ਲੋਕਾਂ ਦਾ ਭਰਵਾਂ ਸਮਰਥਨ ਵੀ ਮਿਲ ਰਿਹਾ ਹੈ। ਖਾਸ ਕਰਕੇ ਮਾਝੇ ਵਿੱਚ ਪੰਜਾਬ ਬਚਾਓ ਯਾਤਰਾ ਨੂੰ ਸਾਰੇ ਧਰਮਾਂ ਫਿਰਕਿਆਂ ਦੇ ਲੋਕ ਆਪਣਾ ਜਿੱਥੇ ਸਮਰਥਨ ਕਰ ਰਹੇ ਹਨ, ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਸਮਰਥਨ ਵੀ ਦੇ ਰਹੇ ਹਨ। ਇਸ ਮੌਕੇ 'ਤੇ ਗੱਲ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਧਰਮ ਵਰਗ ਦਾ ਸਤਿਕਾਰ ਕਰਦਾ ਹੈ, ਜਿਸ ਦੀ ਵਜ੍ਹਾ ਕਰਕੇ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਹਰ ਵਰਗ ਵੱਲੋਂ ਆਪਣਾ ਭਰਵਾਂ ਸਮਰਥਨ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਭਲੇ ਸੋਚਣ ਵਾਲੀ ਪਾਰਟੀ ਹੈ, ਤੁਸੀਂ ਸਾਰੇ ਜਾਣਦੇ ਹੋ ਉਸਤਾਦ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ 20-25 ਸਾਲ। ਉਹਨਾਂ ਦੀ ਸੋਚ ਹੀ ਇੱਕੋ ਹੀ ਸੀ ਕਿ ਪੰਜਾਬ ਵਿੱਚ ਸਾਰੇ ਭਾਈਚਾਰਾ ਭਰਾਵਾਂ ਵਾਂਗੂ ਰਹਿਣ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ। ਅਤੇ ਮੈਨੂੰ ਬੜਾ ਮਾਣ ਹੈ ਅਤੇ ਖੁਸ਼ੀ ਹੈ ਕਿ ਉਹਨਾਂ ਦੇ ਰਾਜ ਦੌਰਾਨ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਪੰਜਾਬ ਦੇ ਖਜ਼ਾਨੇ ਤੋਂ ਉਹਨਾਂ ਨੇ ਸਜਾਏ। ਜੋ ਜੋ ਕਿਸੇ ਧਰਮ ਨੂੰ ਕੁਛ ਚੀਜ਼ ਦੀ ਲੋੜ ਹੁੰਦੀ ਸੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅੱਗੇ ਹੋ ਕੇ ਕਰਦੇ ਸੀ। ਆਪਾਂ ਹੁਣ ਦੁਰਗਿਆਨਾ ਮੰਦਰ ਬੈਠੇ ਹਾਂ, ਮੈਨੂੰ ਯਾਦ ਹੈ ਜਦੋਂ ਸੰਗਤ ਜੋ ਅੰਮ੍ਰਿਤਸਰ ਸਾਹਿਬ ਆਏ ਅਤੇ ਉਹ ਸੰਗਤ ਨੇ ਬੇਨਤੀ ਕੀਤੀ ਕਿ ਦੁਰਗਿਆਨਾ ਮੰਦਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਨੂੰ ਕੋਈ ਪਲੈਨ ਕਰਕੇ ਦਿਓ, ਅਤੇ ਮੈਨੂੰ ਉਦੋਂ ਯਾਦ ਹੈ ਜੋਸ਼ੀ ਜੀ ਦੀ ਡਿਊਟੀ ਲਾਈ ਗਈ ਸੀ ਅਤੇ ਟੀਮ ਦੀ, ਅਤੇ ਮੇਰੇ ਨਾਲ ਉਹਨਾਂ ਨੇ ਮਿਲ ਕੇ ਅਸੀਂ ਪਲੈਨ ਬਣਾਇਆ ਅਤੇ 250 ਕਰੋੜ ਰੁਪਇਆ ਇੱਥੇ ਤਕਰੀਬਨ 150 ਕਰੋੜ ਰੁਪਇਆ ਤਕਰੀਬਨ ਅਸੀਂ ਡਿਵੈਲਪਮੈਂਟ ਪਲੈਨ ਬਣਾ ਕੇ ਇੱਥੇ ਇੰਪਲੀਮੈਂਟ ਕੀਤਾ। ਅਫਸੋਸ ਇਸ ਗੱਲ ਦਾ ਹੈ ਕਿ ਪਾਰਕਿੰਗ ਵਾਸਤੇ 22 ਕਰੋੜ ਪਾਰਕਿੰਗ ਕਈ ਚੀਜ਼ਾਂ ਵਾਸਤੇ, ਪਰ ਜਦੋਂ ਸਰਕਾਰ ਚਲੀ ਜਾਂਦੀ ਹੈ ਮੈਂ ਦੇਖਿਆ ਕੁਆਲਿਟੀ ਉਹਨਾਂ ਨੇ ਜਮ੍ਹਾਂ ਹੀ ਖਰਾਬ ਕਰ ਦਿੱਤੀ। ਉਵੇਂ ਰਾਮ ਤੀਰਥ ਅੰਮ੍ਰਿਤਸਰ ਸਾਹਿਬ ਵਿੱਚ, ਉੱਥੇ ਵੀ ਕਰੋੜਾਂ ਰੁਪਏ ਲਾ ਕੇ ਬਾਦਲ ਸਾਹਿਬ ਨੇ ਸੇਵਾ ਸੰਭਾਲੀ ਕੀਤੀ। ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ੍ਹ, ਅਤੇ ਉਵੇਂ ਦਰਬਾਰ ਸਾਹਿਬ ਦੇ ਸਾਹਮਣੇ ਵੀ ਦੇਖੋ। ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ, ਬਾਰਡਰ ਦਾ ਸੂਬਾ ਹੈ, ਅਤੇ ਦੇਸ਼ ਆਪਣਾ ਅਜਿਹਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ। ਆਹ ਦੇਸ਼ ਸਾਰਿਆਂ ਦਾ, ਆਪਣਾ ਸਾਰਿਆਂ ਦਾ, ਅਤੇ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਕਿ ਆਪਾਂ ਸਾਰੇ ਭਰਾਵਾਂ ਵਾਂਗੂ ਰਹੀਏ, ਇੱਕ ਪਰਿਵਾਰ ਵਾਂਗੂ ਰਹੀਏ, ਅਮਨ ਸ਼ਾਂਤੀ ਰਹੇ ਪੰਜਾਬ ਵਿੱਚ, ਤਾਂ ਹੀ ਪੰਜਾਬ ਦੀ ਤਰੱਕੀ ਆਪਾਂ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਪ੍ਰਬੰਧਕੀ ਬੋਰਡ ਦੀ, ਜਿਸ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨੇ ਇੱਕ ਬਹੁਤ ਵੱਡੀ ਤਰਮੀਮ ਕੀਤੀ ਹੈ, ਜਿਸ ਦੇ ਅੰਤਰਗਤ ਹੁਣ ਉਕਤ ਤਖ਼ਤ ਦੇ ਬੋਰਡ ਦੇ ਵਿੱਚ ਮਹਾਰਾਸ਼ਟਰ ਸਰਕਾਰ ਦੀ ਦਖਲ ਅੰਦਾਜ਼ੀ ਸਿੱਧੇ ਰੂਪ ਵਿੱਚ ਵੱਧ ਜਾਵੇਗੀ, ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਇਸੇ ਸੰਬੰਧ ਦੇ ਵਿੱਚ ਆਪਣਾ ਸਖ਼ਤ ਰੋਸ ਦਾ ਪ੍ਰਗਟਾਵਾ ਕਰਦੇ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਵੱਲੋਂ
ਜੋ ਗੈਰ ਕਾਨੂੰਨੀ ਢੰਗ ਦੇ ਨਾਲ ਸਿੱਖਾਂ ਦੀ ਰਹਿਤ ਮਰਿਆਦਾ ਖਾਸ ਕਰਕੇ ਪ੍ਰਬੰਧਕੀ ਕਾਰਜਾਂ ਦੇ ਵਿੱਚ ਜੋ ਦਖਲ ਅੰਦਾਜ਼ੀ ਸ਼ੁਰੂ ਕੀਤੀ ਗਈ ਹੈ ਉਸ ਨੂੰ ਸਿੱਖ ਕੌਮ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਉਹ ਜਲਦੀ ਹੀ ਸਮੁੱਚੀ ਕੌਮ ਦੇ ਨਾਲ ਸਲਾਹ ਮਸ਼ਵਰਾ ਕਰਕੇ ਆਪਣਾ ਅਗਲਾ ਪ੍ਰੋਗਰਾਮ ਦੇਣਗੇ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਪ੍ਰਤਾਪ ਸਿੰਘ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਜਿਸ ਮੁਤਾਬਕ ਜਿਹੜਾ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਬੋਰਡ ਆ ਉਹਦੇ ਵਿੱਚ 12 ਮੈਂਬਰ ਨਾਮਜ਼ਦ ਕਰਤੇ ਨੇ। 1956 ਜਿਹੜਾ ਐਕਟ ਸੀ ਉਹਦੇ ਮੁਤਾਬਕ ਜਿਹੜਾ ਉੱਥੋਂ ਦਾ ਬੋਰਡ ਬਣਦਾ ਸੀ ਉਹਦੇ ਵਿੱਚ 4 ਮੈਂਬਰ ਨਾਮਜ਼ਦ ਹੁੰਦੇ ਸੀ ਸ਼੍ਰੋਮਣੀ ਕਮੇਟੀ ਦੇ, ਉਹ ਘਟਾ ਕੇ 2 ਕਰਤੇ ਨੇ। ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਦੇ ਅਤੇ ਹਜ਼ੂਰੀ ਖਾਲਸਾ ਦੀਵਾਨ ਦਾ 1-1 ਮੈਂਬਰ ਨਾਮਜ਼ਦ ਹੁੰਦਾ ਸੀ, ਉਹਨਾਂ ਦੀ ਨੁਮਾਇੰਦਗੀ ਖਤਮ ਕਰਤੀ। 2 ਸਿੱਖ MP ਜਿਹੜੇ ਉਹ ਉੱਥੋਂ ਦੇ ਮੈਂਬਰ ਨਾਮਜ਼ਦ ਹੁੰਦੇ ਸੀ ਉਹਨਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਅਤੇ ਜਿਹੜੇ ਹੁਣ ਬੋਰਡ ਬਣਾਇਆ ਉਹਦੇ 'ਚ 3 ਦੀ ਬਜਾਏ 12 ਮੈਂਬਰ ਜਿਹੜੇ ਉਹ ਨਾਮਜ਼ਦ ਕਰਤੇ ਨੇ। ਮੈਂ ਇਸ ਗੱਲ ਜਿਹੜੀ ਇਹ ਘਟਨਾ ਹੈ ਜੋ ਘਟਨਾਕ੍ਰਮ ਵਾਪਰਿਆ ਹੈ ਜੋ ਉਹਨਾਂ ਨੇ ਨਵਾਂ ਬੋਰਡ ਬਣਾਇਆ, ਮੈਂ ਇਹਦੀ ਮਾਂ ਜੋ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਜਿੰਦਰ ਸਿੰਘ ਧਾਮੀ ਜੀ ਨੂੰ ਨਿਖੇਧੀ ਕਰਦਾ, ਕਿਉਂਕਿ ਇਹ ਸਿੱਧਾ ਸਿੱਖ ਧਰਮ 'ਚ ਦਖਲ ਆ। ਸਿੱਖ ਕੌਮ ਕਦੀ ਵੀ ਬਾਹਰੀ ਦਖਲ ਬਰਦਾਸ਼ਤ ਨਹੀਂ ਕਰਦੀ, ਨਾ ਹੀ ਅਸੀਂ ਕਿਸੇ ਦੇ ਧਰਮ 'ਚ ਦਖਲ ਦਿੰਦੇ ਹਾਂ ਅਤੇ ਨਾ ਹੀ ਕਿਸੇ ਦਾ ਜਿਹੜਾ ਦਖਲ ਉਹ ਬਰਦਾਸ਼ਤ ਕਰਦੇ ਹਾਂ। ਪਹਿਲਾਂ ਵੀ ਸਰਕਾਰ ਨੇ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸਿੱਖ ਧਰਮ 'ਚ ਸਿੱਧਾ ਦਖਲ ਦਿੱਤਾ। ਇਸੇ ਤਰ੍ਹਾਂ ਹੀ ਦੂਸਰਾ ਜਿਹੜੇ ਤਖ਼ਤ ਸ਼੍ਰੀ ਪਟਨਾ ਸਾਹਿਬ ਆ ਜਾਂ ਦਿੱਲੀ ਆ ਉਹਨਾਂ 'ਚ ਵੀ ਗੁਰਧਾਮਾਂ 'ਚ ਸਿੱਧਾ ਦਖਲ ਸਰਕਾਰਾਂ ਦੇ ਰਹੀਆਂ ਨੇ। ਅਸੀਂ ਹੁਣ ਗੱਲ ਕਰਾਂਗੇ ਰਾਜ ਸਭਾ ਦੇ ਮੈਂਬਰ ਸਰਦਾਰ ਵਿਕਰਮਜੀਤ ਸਿੰਘ ਸਾਨੀ ਦੀ, ਜਿਨ੍ਹਾਂ ਨੇ ਪਿਛਲੇ ਦਿਨ ਪਟਿਆਲਾ ਵਿਖੇ ਸਥਿਤ ਪੰਜਾਬੀ ਯੂਨੀਵਰਸਿਟੀ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਐਲਾਨ ਕੀਤਾ ਕਿ ਪਟਿਆਲਾ ਵਿੱਚ ਜਿੱਥੇ ਇੰਟਰਨੈਸ਼ਨਲ ਪੱਧਰ ਦਾ ਇੱਕ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ ਉੱਥੇ ਵੱਖ ਵੱਖ ਪ੍ਰੋਜੈਕਟਾਂ ਦੇ ਲਈ ਉਹਨਾਂ ਨੇ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵੀ ਮੌਕੇ 'ਤੇ ਐਲਾਨ ਕੀਤਾ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਵਿਕਰਮਜੀਤ ਸਿੰਘ ਸਾਨੀ ਨੇ ਪਟਿਆਲਾ ਦੇ ਵੱਖ ਵੱਖ ਕਾਰਜਾਂ ਦੇ ਲਈ ਇਹ ਰਾਸ਼ੀ ਜਿਹੜੀ ਸੀ ਅਨਾਊਂਸ ਕੀਤੀ। ਨੌਰਥ ਜ਼ੋਨ ਦਾ ਯੂਥ ਫੈਸਟੀਵਲ AIU ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕਰਵਾਇਆ ਜਾ ਰਿਹਾ। ਇਹ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਇਆ। ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਪੰਜਾਬ ਦੇ ਮਹਾਨ ਸੰਤ ਭਾਈ ਅੰਤਰ ਸਿੰਘ ਜੀ ਮਸਤੂਆਣਾ ਵਾਲਿਆਂ ਨੇ ਰੱਖਿਆ ਸੀ। ਇਹ ਸਾਡੀ ਸਾਂਝ ਹੈ, ਇਹ ਸਾਡਾ ਸੈਕੂਲਰਿਜ਼ਮ ਹੈ। ਜਿਨ੍ਹਾਂ ਨੇ ਪ੍ਰਾਈਜ਼ ਜਿੱਤਿਆ ਉਹਨਾਂ ਨੂੰ ਵੀ ਵਧਾਈ, ਜੇ ਜਿਹੜੇ ਜਿੱਤ ਨਹੀਂ ਪਾਏ ਉਹਨਾਂ ਨੂੰ ਇਹ ਵਧਾਈ ਕਿ ਤੁਸੀਂ ਇੱਥੋਂ ਤੱਕ ਪਹੁੰਚ ਪਾਏ। ਵਨ ਇਸ ਲਾਇਬ੍ਰੇਰੀ ਛੋਟੀ ਪੈ ਰਹੀ ਹੈ, ਇੱਕ ਫਲੋਰ ਆਪਾਂ ਲਾਇਬ੍ਰੇਰੀ ਦਾ ਬਣਾਈਏ। ਆਈ ਅਨਾਊਂਸ ਏ ਮੋਡੈਸਟ ਗ੍ਰਾਂਟ ਆਫ ₹2 ਕਰੋੜ ਟੂ ਮੇਕ 1 ਫਲੋਰ। ਦੂਸਰਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਬਣਿਆ ਆਡੀਟੋਰੀਅਮ, ਇਹਦੇ 'ਚ ਵੀ ਇਹਨਾਂ ਨੇ ਕਿਹਾ ਇੰਪਰੂਵਮੈਂਟ ਚਾਹੀਦੀ ਹੈ। ਤੀਜਾ ਕੰਮ ਰੂਰਲ ਇੰਟਰਪ੍ਰਨਿਓਰਸ਼ਿਪ ਦਾ ਇਹਨਾਂ ਨੇ ਬਾਇਓਟੈਕਨੋਲੋਜੀ ਸਾਹਿਬ ਦੇ ਪ੍ਰੋਫੈਸਰ ਸਾਹਿਬ ਦੇ ਨਾਲ ਸ਼ੁਰੂ ਕੀਤਾ ਹੈ। ਤੋ ਉਹਦੇ ਲਈ ਰੂਰਲ ਇੰਟਰਪ੍ਰਨਿਓਰਸ਼ਿਪ ਪ੍ਰੋਗਰਾਮ ਵੀ ਹੈ ਡਿਸਾਈਡਿਡ ਦੈਟ ਵੀ ਵਿਲ ਅਡੋਪਟ 5 villages ਐਂਡ ਪੁੱਟ ਅ ਪਾਇਲਟ ਸੈਂਟਰ ਐਂਡ ਮੇਕ ਦਾ ਆਲ ਵੈਲਿਊ ਐਡੀਸ਼ਨ ਬਾਈ ਫਾਰਮਰਸ ਦੇਅਰ। ਚੌਥੇ ਅਸੀਂ ਫੈਸਲਾ ਲਿਆ ਕਿ ਅਸੀਂ ਮਿਲ ਕੇ ਸਨ ਫਾਊਂਡੇਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਬਹੁਤ ਵੱਡਾ
ਇੰਟਰਨੈਸ਼ਨਲ ਸਕਿੱਲ ਸੈਂਟਰ NSDC ਨਾਲ ਐਫੀਲੀਏਟ ਕਰਕੇ ਕੋਸ਼ਿਸ਼ ਰਹੇਗੀ ਕਿ ਫ੍ਰੀ ਸਕਿੱਲਿੰਗ ਉੱਥੋਂ ਦੇ ਬੱਚਿਆਂ ਨੂੰ ਦੇਈਏ। ਬਹੁਤ ਬਹੁਤ ਸੋ ਅਸੀਂ ਹੁਣ ਗੱਲ ਕਰਾਂਗੇ ਜੈਤੋ ਦੇ ਮੋਰਚੇ ਦੀ ਸ਼ਤਾਬਦੀ ਦੀ। ਜੈਤੋ ਦੇ ਮੋਰਚੇ ਦੀ ਸ਼ਤਾਬਦੀ ਨੂੰ ਲੈ ਕੇ ਦੀਵਾਨ ਟੋਡਰਮੱਲ ਸੁਸਾਇਟੀ ਦੇ ਵੱਲੋਂ ਨਾਭਾ ਦੀ ਮਾਰ ਰਾਣੀ ਪ੍ਰੀਤੀ ਕੌਰ ਦੇ ਨਿੱਘੇ ਸਹਿਯੋਗ ਦੇ ਨਾਲ ਨਾਭਾ ਵਿਖੇ ਇੱਕ 2 ਰੋਜ਼ਾ ਪ੍ਰੋਗਰਾਮ ਜਿਹੜਾ ਸਮਾਗਮ ਹੈ ਯਾਦਗਾਰੀ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਇਸੇ ਸੰਬੰਧ ਵਿੱਚ ਸੁਸਾਇਟੀ ਦੇ ਪ੍ਰਧਾਨ ਨੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਉਕਤ ਸ਼ਤਾਬਦੀ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਦੇ ਲਈ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਇਹ 2 ਰੋਜ਼ਾ ਸਮਾਗਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਪੁੱਜ ਰਹੀਆਂ ਪ੍ਰਮੁੱਖ ਸ਼ਖਸੀਅਤਾਂ ਉਚੇਚੇ ਤੌਰ 'ਤੇ ਆਪਣੀਆਂ ਹਾਜ਼ਰੀਆਂ ਭਰਨਗੀਆਂ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਉਹਨਾਂ ਨੇ ਸਮੁੱਚੇ ਪ੍ਰੋਗਰਾਮ ਦਾ ਖੁਲਾਸਾ ਕੀਤਾ। ਦਾ ਮੋਰਚਾ ਹੈ ਇਹ ਸਿੱਖ ਕੌਮ ਦਾ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਮੋਰਚਾ ਹੈ ਅਤੇ ਇਸ ਮੋਰਚੇ ਨੂੰ ਸਾਨੂੰ ਕਾਫੀ ਮਤਲਬ ਕਿ ਬੇਨਤੀਆਂ ਆਈਆਂ, ਖਾਸ ਕਰਕੇ ਸ਼ੁਰੂਆਤ ਸਰਦਾਰ ਇੰਦਰਜੀਤ ਸਿੰਘ ਬੱਲ ਕਨੇਡਾ ਇਹਨਾਂ ਨੇ ਕੀਤੀ ਹੈ। ਇਹਨਾਂ ਨੇ ਸੋਚਿਆ ਵੀ ਆਪਾਂ ਇਹ ਕਾਰਜ ਜਿਹੜਾ ਕਰਨਾ ਹੈਗਾ ਅਤੇ ਤੁਸੀਂ ਫਾਊਂਡੇਸ਼ਨ ਵੱਲੋਂ ਆਪਾਂ ਸਾਰੇ ਰਲ ਮਿਲ ਕੇ ਕਰੀਏ ਅਤੇ ਅਸੀਂ ਫਿਰ ਮਹਾਰਾਣੀ ਨਾਲ ਸੰਪਰਕ ਕੀਤਾ ਅਤੇ ਮਹਾਰਾਣੀ ਨੇ ਵੀ ਬਹੁਤ ਇਹਦੇ ਲਈ ਮਤਲਬ ਕਿ ਦਿਲਚਸਪੀ ਦਿਖਾਈ ਵੀ ਆਪਾਂ ਨੂੰ ਜਿਹੜੇ ਜਿਹੜੇ ਉਸ ਟਾਈਮ ਜੈਤੋ ਦੇ ਵਿੱਚ ਜੈਤੋ ਮੋਰਚੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਨ੍ਹਾਂ ਨੇ ਲੜਾਈ ਲੜੀ, ਕਈ ਸ਼ਹੀਦ ਹੋ ਗਏ, ਕਈਆਂ ਦੀਆਂ ਜ਼ਮੀਨਾਂ ਲਾਮ ਹੋਈਆਂ ਅਤੇ ਕਾਫੀ ਕੁਛ ਹੋਇਆ ਉਸ ਟਾਈਮ ਅਤੇ ਉਹਦੇ ਸੰਬੰਧ ਵਿੱਚ ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਅਸੀਂ ਇਹ ਉਪਰਾਲਾ ਕੀਤਾ ਮਹਾਰਾਣੀ ਨਾਭਾ ਪਰਿਵਾਰ ਨੂੰ ਸਾਰਿਆਂ ਨੂੰ ਨਾਲ ਲੈ ਕੇ, ਜਿਹਦੇ ਵਿੱਚ ਕਨੇਡਾ, ਅਮੈਰੀਕਾ, ਇੰਗਲੈਂਡ, ਮਤਲਬ ਕਿ ਜਿੰਨੇ ਵੀ ਦੇਸ਼ ਹੈਗੇ, ਆਸਟ੍ਰੇਲੀਆ ਵਗੈਰਾ, ਸਾਰਿਆਂ ਤੋਂ ਸਿੱਖ ਸੰਗਤ ਹੈ ਜਿਹੜੀ ਉਹ ਉੱਥੋਂ ਦੇ ਨਾਮ ਪਰ ਸੱਜਣ ਪਹੁੰਚ ਰਹੇ ਹੈ ਅਤੇ ਅਸੀਂ ਕੋਸ਼ਿਸ਼ ਹੈ ਸਾਡੀ ਵੀ ਇਹ ਜਿਹੜਾ 100 ਸਾਲਾ ਸ਼ਤਾਬਦੀ ਦਿਵਸ ਹੈਗਾ ਸਾਡਾ ਕੋਈ ਕੰਪੀਟੀਸ਼ਨ ਨਹੀਂ। ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ SGPC ਵੀ 21 ਤਰੀਕ ਨੂੰ ਸਮਾਪਤੀ ਕਰ ਰਹੀ ਹੈ, ਸਾਡਾ ਆਪ ਜੀ ਦੀ ਬਹੁਤ ਤਾਲਮੇਲ ਹੈਗਾ ਅਤੇ ਪਹਿਲੇ ਦਿਨ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ 24 ਦਾ ਹੋਏਗਾ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਉਹਦੀ ਸ਼ੁਰੂਆਤ ਕਰਨਗੇ SGPC ਵੱਲੋਂ ਅਤੇ ਦੂਸਰਾ ਮਤਲਬ ਕਿ ਦੂਸਰਾ ਦਿਨ ਸਾਡੇ ਕੋਲ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਮਹਿਮਾਨ ਹੋਣਗੇ ਅਤੇ ਨਾਲ ਜਿਹੜਾ ਸਿੰਘ ਸਾਹਿਬਾਨ ਗਿਆਨੀ ਰਘਵੀਰ ਸਿੰਘ ਉਹ ਸਾਰੀ ਪ੍ਰਧਾਨਗੀ ਉਹ ਕਰਨਗੇ ਅਤੇ ਇਹ 2 ਦਿਨ ਦਾ ਹੋਏਗਾ। ਸੋ ਸਮੁੱਚੇ ਪੰਥ ਦੇ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਦਿਨੀ ਇੰਟਰਨੈਸ਼ਨਲ ਸਿੱਖ ਸਪੋਰਟਸ ਵੱਲੋਂ ਮੋਹਾਲੀ ਵਿਖੇ ਕਰਵਾਏ ਗਏ 4th ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਇੱਕ ਵਾਰੀ ਮੁੜ ਨਵੇਂ ਇਤਿਹਾਸ ਦੀ ਸਿਰਜਣਾ ਕਰਦਿਆਂ ਹੋਇਆ 1 ਲੱਖ ਰੁਪਏ ਦੀ ਰਾਸ਼ੀ ਦਾ ਇਨਾਮ ਜਿੱਤ ਕੇ ਸਾਰੇ ਪਾਸੇ ਆਪਣੀਆਂ ਧੁੰਮਾਂ ਪਵਾ ਦਿੱਤੀਆਂ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸਾਧਾਰੀ ਖਿਡਾਰੀਆਂ ਨੇ ਪੂਰੇ ਸੂਰਬੀਰਤਾ ਦੇ ਜਜ਼ਬੇ ਦੇ ਨਾਲ ਖੇਡਦਿਆਂ ਹੋਇਆਂ ਉੱਕਰ ਖਿਤਾਬ ਆਪਣੀ ਝੋਲੀ ਵਿੱਚ ਪਾਇਆ। ਇਸ ਮੌਕੇ 'ਤੇ ਗੱਲ ਕਰਦਿਆਂ ਹੋਇਆਂ ਹਾਕੀ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਆਯੋਜਿਤ ਕੀਤਾ ਗਿਆ ਇਹ 4th ਹਾਕੀ ਟੂਰਨਾਮੈਂਟ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸੀ, ਜਿਸ ਦੇ ਵਿੱਚ ਕੇਸਾਧਾਰੀ ਹਾਕੀ ਟੀਮਾਂ ਦੀਆਂ ਕੁੱਲ 8 ਹਾਕੀ ਦੀਆਂ ਟੀਮਾਂ ਨੇ ਵਿਸ਼ੇਸ਼ ਤੌਰ 'ਤੇ ਆਪਣੀ ਸ਼ਿਰਕਤ ਕੀਤੀ ਅਤੇ ਆਪਣੀ ਕਲਾ ਦੇ ਜ਼ੋਰ ਦਿਖਾਏ।
ਉਹਨਾਂ ਨੇ ਸਮੁੱਚੇ ਸਿੱਖ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਹੋਇਆਂ ਕਿਹਾ ਕਿ ਉਹ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੁੜ ਕੇ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਕੇਸਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਉਕਤ ਕੇਸਾਧਾਰੀ ਹਾਕੀ ਕੱਪ ਦੇ ਵਿੱਚ ਸਾਬਤ ਸੂਰਤ ਖਿਡਾਰੀਆਂ ਨੇ ਹਾਕੀ ਦੀ ਖੇਡ ਦਾ ਪ੍ਰਦਰਸ਼ਨ ਕੀਤਾ। ਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਜਿਹੜਾ ਸਾਡਾ ਉਪਰਾਲਾ ਸੀ ਉਹ ਬੜਾ ਸਫਲ ਹੋਇਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟੀਮ ਹੈ ਉਹਨੇ ਜਿੱਤ ਹਾਸਲ ਕੀਤੀ ਹੈ। ਹੁਣ ਅਸੀਂ ਉਹਨਾਂ ਨੂੰ 1,00,000 ਰੁਪਏ ਦੇ ਨਾਮ ਨਾਲ ਨਵਾਜਾਂਗੇ। ਅਤੇ ਸਾਡੀ ਜਿਹੜੀ ਖਾਸ਼ ਸੀ ਕਿ ਸਾਡੇ ਜਿਹੜੇ ਸਿੱਖੀ ਸਰੂਪ ਵਾਲੇ ਖਿਡਾਰੀ ਨੇ ਉਹਨਾਂ ਦੀ ਇੱਕ ਨਿਰੋਲ ਟੀਮ ਜਿਹੜੀ ਉਹ ਸਾਹਮਣੇ ਆਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਪਹਿਲਾਂ ਹੀ ਉਹ ਸਾਰੇ ਜਿਹੜੇ ਮਾਪਦੰਡ ਉਹਨਾਂ ਨੂੰ ਤੈਅ ਕਰਦੀ ਹੋਈ ਇਹ ਸਫਲਤਾ ਵੱਲ ਵਧੀ ਹੈ। ਅਤੇ ਅੱਜ ਚੌਥਾ ਗੋਲਡ ਕੱਪ ਜਿਹੜਾ ਹਾਕੀ ਟੂਰਨਾਮੈਂਟ ਹੈ ਇਸ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਜਿੱਤ ਹਾਸਲ ਕੀਤੀ। ਦੂਸਰੇ ਨੰਬਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਟੀਮ ਆਈ ਹੈ। ਸੋ ਕਿੰਨੀਆਂ ਟੀਮਾਂ? ਕੁੱਲ 8 ਟੀਮਾਂ ਸੀ ਅਤੇ ਅਸੀਂ ਹਾਂਜੀ 1 ਫਰਵਰੀ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ 5 ਫਰਵਰੀ ਹੈ। ਅੱਜ ਜਿਹੜਾ ਫਾਈਨਲ ਮੈਚ ਸੀ ਅਤੇ ਬੜਾ ਹੀ ਇੱਕ ਰੋਮਾਂਚਕ ਢੰਗ ਦੇ ਨਾਲ ਖਿਡਾਰੀਆਂ ਨੇ ਆਪਸ ਵਿੱਚ ਇੱਕ ਪ੍ਰੇਮ ਪਿਆਰ ਦੀ ਜਿਹੜੀ ਭਾਵਨਾ ਹੈ ਉਹਨੂੰ ਲੈ ਕੇ ਖੇਡ ਨੂੰ ਖੇਡਿਆ ਅਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਅੱਜ ਇੱਥੇ ਆਈਆਂ, ਜਿਹੜੇ ਸਮਾਜ ਸੇਵੀ ਸੰਗਠਨ ਆਏ ਔਰ ਉਹ ਲੋਕ ਆਏ ਜਿਨ੍ਹਾਂ ਨੇ ਹਮੇਸ਼ਾ ਸਮਾਜ ਦੀ ਸੇਵਾ ਕੀਤੀ ਹੈ। ਸੋ ਗੱਲ ਕਰਾਂਗੇ ਅਸੀਂ ਹੁਣ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀ, ਜਿਸ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਤਿਆਰੀਆਂ ਜਿਹੜੀਆਂ ਨੇ ਉਹ ਆਰੰਭ ਹੋ ਚੁੱਕੀਆਂ ਨੇ। ਇਸੇ ਸੰਬੰਧ ਵਿੱਚ ਗੱਲ ਕਰਦਿਆਂ ਹੋਇਆਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ 21 ਮਾਰਚ ਤੋਂ ਲੈ ਕੇ 26 ਮਾਰਚ ਤੱਕ ਆਯੋਜਿਤ ਹੋਣ ਵਾਲੇ ਹੋਲਾ ਮੁਹੱਲਾ ਤਿਉਹਾਰ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਮਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਕਾਰ ਸੇਵਾ ਵਾਲੇ ਬਾਬਿਆਂ ਦੇ ਨਿੱਕੇ ਸਹਿਯੋਗ ਦੇ ਨਾਲ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਨਵੇਂ ਸਿਰੇ ਤੋਂ ਰੰਗ ਰੋਗਨ ਕਰਨ ਦੀ ਕਾਰ ਸੇਵਾ ਜਿਹੜੀ ਹੈ ਉਹ ਆਰੰਭ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਸੰਪੂਰਨ ਹੋ ਜਾਵੇਗੀ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਪ੍ਰਬੰਧਕੀ ਤਿਆਰੀਆਂ ਚੱਲ ਰਹੀਆਂ ਨੇ। ਸੋ ਉਹਨਾਂ 'ਤੇ ਇੱਕ ਝਾਤ ਮਾਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੇ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ 21 ਤੋਂ ਲੈ ਕਰਕੇ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਅੱਜ ਹੋਲੇ ਮਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸੜਕਾਂ ਵੱਲ ਖਾਸ ਧਿਆਨ ਦੇਣ ਔਰ ਲੋੜੀਂਦੇ ਪ੍ਰਬੰਧ ਜਿਹੜੇ ਹਨ ਉਹਨਾਂ ਵੱਲ ਵੀ ਧਿਆਨ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਦਿੱਲੀ ਦੀ ਸਿੱਖ ਸਿਆਸਤ ਦੀ, ਜਿੱਥੇ ਕੱਲ੍ਹ ਇੱਕ ਅਹਿਮ ਘਟਨਾਕ੍ਰਮ ਦੇ ਵਿੱਚ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਬਾਦਲ ਦਲ ਅਤੇ ਸਰਨਾ ਦਲ ਦਾ ਸਾਥ ਛੱਡ ਕੇ ਮੁੜ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਾਮਲ ਹੋਣ ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ। ਇਸ ਮੌਕੇ 'ਤੇ ਗੱਲ ਕਰਦੇ ਹੋਇਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ
ਕਿ ਦਿੱਲੀ ਕਮੇਟੀ ਦੇ ਇਹਨਾਂ ਚਾਰ ਮੈਂਬਰਾਂ ਦੀ ਘਰ ਵਾਪਸੀ ਦਾ ਉਹ ਨਿੱਘਾ ਸਵਾਗਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਸਟੇਟ ਅਕਾਲੀ ਦਲ ਵਾਹਦ ਇੱਕੋ ਇੱਕ ਜਥੇਬੰਦੀ ਹੈ ਜੋ ਦਿੱਲੀ ਦੇ ਸਿੱਖਾਂ ਦੀ ਤਰਜਮਾਨੀ ਕਰਦੀ ਹੈ। ਉਹਨਾਂ ਨੇ ਗੁਰਮੀਤ ਸਿੰਘ ਸ਼ੰਟੀ ਸਮੇਤ ਆਉਣ ਵਾਲੇ ਸਮੂਹ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਇਹਨਾਂ ਦੀ ਘਰ ਵਾਪਸੀ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਜਿੱਥੇ ਮਜ਼ਬੂਤ ਹੋਵੇਗੀ ਉੱਥੇ ਦਿੱਲੀ ਅਕਾਲੀ ਦਲ ਸਟੇਟ ਵੀ ਮਜ਼ਬੂਤ ਹੋਵੇਗਾ। ਸੋ ਉਹਨਾਂ ਨੇ ਇਸ ਮੌਕੇ ਦੇ ਉੱਤੇ ਸਰਦਾਰ ਗੁਰਮੀਤ ਸਿੰਘ ਸ਼ੰਟੀ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਗੁਰਮੀਤ ਸਿੰਘ ਖਾਲਕਾ ਨੇ ਘਰ ਵਾਪਸੀ ਕਰਨ ਵਾਲੇ ਇਹਨਾਂ ਕਮੇਟੀ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਧਾਰਮਿਕ ਪ੍ਰਚਾਰ ਪ੍ਰਸਾਰ ਦੀ ਗੱਲ ਹੋਵੇ, ਇਹ ਸਾਰੀਆਂ ਫੀਲਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਵਰਚਸਵ ਬਣਾ ਚੁੱਕੀ ਆ, ਆਪਣੀ ਜਿਹੜੀ ਸੇਵਾ ਹੈ ਉਹ ਦੁਨੀਆ ਭਰ ਦੇ ਵਿੱਚ ਪਹੁੰਚਾਈ ਹੈ ਕਿ ਜੋ ਇਹ ਕਮੇਟੀ ਕੰਮ ਕਰ ਰਹੀ ਆ, ਜਿੰਨੀ ਪਾਰਦਰਸ਼ਤਾ ਦੇ ਨਾਲ ਕੰਮ ਕਰ ਰਹੀ ਆ, ਇਹਦੇ ਵਿੱਚ ਨਿਰੰਤਰ ਜਿਹੜਾ ਇਜ਼ਾਫਾ ਹੋ ਰਿਹਾ। ਅੱਜ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਔਰ ਬਹੁਤ ਵਧਾਈ ਦੀ ਗੱਲ ਹੈ ਕਿ ਸਾਡੀ ਪਾਰਟੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਗੁਰਮੀਤ ਸਿੰਘ ਜੀ ਸ਼ੰਟੀ ਉਹ ਪਾਰਟੀ ਦੇ ਵਿੱਚ ਸ਼ਮੂਲੀਅਤ ਪਾ ਰਹੇ ਨੇ। ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਖੁਰਾਣਾ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਗੁਰਪ੍ਰੀਤ ਸਿੰਘ ਜੀ ਖੰਨਾ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਸਰਦਾਰ ਇੰਦਰਪ੍ਰੀਤ ਸਿੰਘ ਜੀ ਮੌਂਟੀ ਕੋਛੜ ਜਿਹੜੇ ਰਜੌਰੀ ਗਾਰਡਨ ਤੋਂ ਮੈਂਬਰ ਨੇ। ਇਹ ਸਾਰੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਮੈਂਬਰ ਸਾਹਿਬਾਨ ਔਰ 1 ਸਾਬਕਾ ਜਨਰਲ ਸਕੱਤਰ ਸਾਹਿਬ, ਇਹਨਾਂ ਨੇ ਪਾਰਟੀ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਡੇ ਨਾਲ ਸੰਪਰਕ ਤੇ ਪਿਛਲੇ ਕਾਫੀ ਸਮੇਂ ਤੋਂ ਸੀ, ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਮੂਲੀਅਤ ਪਾਉਂਦੇ ਸੀ, ਮਗਰ ਇਹਨਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਸੀ ਕਿ ਜਿਹੜੀ ਪਾਰਟੀ ਨੇ ਸਾਨੂੰ ਦੇ ਨਾਲ ਅਸੀਂ ਖਲੋਤੇ ਸੀ ਉਹ ਪਾਰਟੀ ਸਾਨੂੰ ਧੋਖਾ ਦੇ ਕੇ ਚਲੇ ਗਈ, ਔਰ ਜਿਹੜੀ ਪਾਰਟੀ ਦੇ ਖਿਲਾਫ ਸਾਡੇ ਨਾਲ ਜਿਹੜੇ ਇਲੈਕਸ਼ਨ ਲੜੇ ਸੀ ਖਿਲਾਫ, ਇਸ ਪਾਰਟੀ ਨੇ ਉਹਨਾਂ ਦੀ ਬਾਹ ਵੀ ਫੜੀ ਔਰ ਇਸ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਫੈਸਲਾ ਕੀਤਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸਾਰੇ ਸ਼ਮੂਲੀਅਤ ਪਾ ਰਹੇ ਆ। ਮੈਂ ਆਪਣੀ ਸਮੁੱਚੀ ਟੀਮ ਦੇ ਨਾਲ, ਸਾਡੇ ਜਨਰਲ ਸਕੱਤਰ ਸਰਦਾਰ ਸਰਦਾਰ ਜਗਦੀਪ ਸਿੰਘ ਜੀ ਕਾਹਲੋਂ ਸਾਹਿਬ ਬੈਠੇ ਆ, ਸਾਡੇ ਸੀਨੀਅਰ ਮੈਂਬਰ ਸਰਦਾਰ ਗੁਰਮੀਤ ਸਿੰਘ ਜੀ ਭਾਟੀਆ ਜੀ, ਸਰਦਾਰ ਹਰਜੀਤ ਸਿੰਘ ਜੀ ਪੱਪਾ ਜੀ, ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਸਾਹਿਬ, ਸਰਦਾਰ ਪਰਮਜੀਤ ਸਿੰਘ ਜੀ ਚੰਦੋਕ ਸਾਹਿਬ, ਐਸਾ ਇੱਕ ਮਾਹੌਲ, ਸਰਦਾਰ ਗੁਰਦੇਵ ਸਿੰਘ ਜੀ ਵੀ ਹੁਣੇ ਆਏ ਨੇ, ਸਰਦਾਰ ਨਾਗੀ ਸਾਹਿਬ, ਸਰਦਾਰ ਜੁਝਾਰ ਸਿੰਘ ਜੀ, ਇਹ ਸਾਰੀ ਟੀਮ ਜਿਸ ਤਰੀਕੇ ਦੇ ਨਾਲ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਹੀ ਹੈ, ਉਹਨਾਂ ਲਈ ਸੇਵਾ ਕਰ ਰਹੀ ਹੈ, ਸਰਦਾਰ ਸੁਰਜੀਤ ਸਿੰਘ ਜੀ ਜੀਤੀ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਨੇ, ਸਮੁੱਚੇ ਮੈਂਬਰ ਜਿਹੜੇ, ਕਿਉਂਕਿ ਸਮਾਂ ਸਵੇਰ ਦਾ ਸੀ, ਅਸੀਂ ਇਕਦਮ ਅਚਾਨਕ ਪ੍ਰੈਸ ਕਾਨਫਰੰਸ ਕੀਤੀ ਹੈ, ਸਾਰੇ ਮੈਂਬਰ ਸਾਹਿਬਾਂ ਦੀ ਇੱਕ ਰਜ਼ਾਮੰਦੀ ਸੀ ਕਿ ਇਹ ਸਾਰੇ ਟੀਮ ਨੂੰ ਦਾ ਇਜ਼ਾਫਾ ਕੀਤਾ ਜਾਏ। ਸੋ ਅਸੀਂ ਹੁਣ ਗੱਲ ਕਰਾਂਗੇ ਬੀਬਾ ਹਰਸਿਮਰਤ ਕੌਰ ਬਾਦਲ ਦੀ, ਜਿਨ੍ਹਾਂ ਨੂੰ ਪਿਛਲੇ ਦਿਨੀ ਲੋਕਮਤ ਸੰਸਥਾ ਦੇ ਵੱਲੋਂ ਬੈਸਟ ਪਾਰਲੀਮੈਂਟਰੀ ਵੂਮੈਨ ਦਾ ਅਵਾਰਡ ਜਿਹੜਾ ਹੈ ਉਹ ਦਿੱਤਾ ਗਿਆ, ਖਾਸ ਕਰਕੇ ਉਹਨਾਂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਇਸਤਰੀ ਜਾਤੀ ਨਾਲ ਸੰਬੰਧਿਤ ਮੁੱਦਿਆਂ, ਖਾਸ ਕਰਕੇ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਨੂੰ ਬੜੀ ਬੇਬਾਕੀ ਦੇ ਨਾਲ ਉਠਾਉਣ ਦੇ ਲਈ ਇਹ ਅਵਾਰਡ ਜਿਹੜਾ ਹੈ ਪ੍ਰਦਾਨ ਕੀਤਾ ਗਿਆ ਹੈ, ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਸਮੇਂ ਦੌਰਾਨ
ਜੋ ਬੜੀ ਬੁਲੰਦ ਆਵਾਜ਼ ਦੇ ਵਿੱਚ ਪੰਜਾਬ ਦੇ ਮਸਲਿਆਂ ਦੀ ਅਤੇ ਖਾਸ ਕਰਕੇ ਇਸਤਰੀ ਵਰਗ ਦੇ ਮਸਲਿਆਂ ਦੀ ਪੇਸ਼ਕਾਰੀ ਬੜੀ ਬਖੂਬੀ ਢੰਗ ਨਾਲ ਕੀਤੀ ਸੀ, ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਲੋਕਮੰਥ ਸੰਸਥਾ ਦੇ ਵੱਲੋਂ ਉਹਨਾਂ ਨੂੰ ਬੈਸਟ ਪਾਰਲੀਮੈਂਟਰੀ ਮੈਂਬਰ ਦਾ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਦੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ। ਸੋ ਪਿਆਰੇ ਦਰਸ਼ਕੋ, ਇਹ ਸਨ ਹੁਣ ਤੱਕ ਦੀਆਂ ਪ੍ਰਮੁੱਖ ਪੰਥਕ ਸਰਗਰਮੀਆਂ। ਨਵੀਆਂ ਪੰਥਕ ਸਰਗਰਮੀਆਂ ਲੈ ਕੇ ਜਲਦ ਹੀ ਤੁਹਾਡੀ ਸੇਵਾ ਵਿੱਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।